ਅੱਜ ਪਹੁੰਚੀ ਆ ਜਿੱਥੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗ੍ਰਿਫਤਾਰ ਕੀਤਾ ਸੀਗਾ ਅਤੇ ਪਿਛਲੀ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ ਪੰਜਾਬ ਵਿੱਚੋਂ ਜਿੱਥੇ ਕਿ ਇੱਕ ਮਹੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪਣਾ ਬੈੱਡ ਲਾ ਕੇ ਅਤੇ ਰਾਤ ਨੂੰ ਉੱਥੇ ਸੌਂਦਾ ਆ ਨਾ ਹੀ ਗੁਰੂ ਸਾਹਿਬ ਦਾ ਸੁਖਾਸਨ ਹੁੰਦਾ ਅਤੇ ਨਾ ਹੀ ਚੰਦੋਆ ਸਾਹਿਬ ਉੱਤੇ ਸਵਾਇਮਾਨ ਆ ਅਤੇ ਗੁਰੂ ਸਾਹਿਬ ਦੀ ਘੋੜ ਬੇਅਦਬੀ ਹੋ ਰਹੀ ਸੀ ਉਹ ਵੀਡੀਓ ਵਿੱਚ ਦੇਖਿਆ ਆਪਾਂ ਅਤੇ ਪੰਜਾਬ ਤੋਂ ਕੱਲ੍ਹ ਦੇ ਚਾਲੇ ਪਾਏ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਅਤੇ ਇੰਦੌਰ ਇੱਥੋਂ ਆਗਰੇ ਤੋਂ ਘੱਟੋ ਘੱਟ 600 ਕਿਲੋਮੀਟਰ ਦੂਰੀ 'ਤੇ ਆ ਸੋ ਆਪਾਂ ਵੀਡੀਓ ਤਾਂ ਜ਼ਰੂਰ ਸੰਪਰਕ ਕੀਤਾ ਜਾਵੇ ਤਾਂ ਜੋ ਪਖੰਡੀ ਦਾ ਪਤਾ ਚੱਲ ਸਕੇ ਵੀ ਉਹ ਕਿੱਥੇ ਦੀ ਵੀਡੀਓ ਆ ਜਿੱਥੇ ਮਹੰਤ ਆਪਣਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਨਾਲ ਆਪਣੀ ਗੱਡੀ ਲਾਉਂਦਾ ਔਰ ਆਪਣੇ ਬੈੱਡ 'ਤੇ ਲਾ ਕੇ ਕੋਈ ਮੋਨੇ ਕੋਨੇ ਜਿਹੜਾ ਬੰਦਾ ਆਇਆ ਤਾਂ ਉਹਨੂੰ ਪੈਰੀ ਪਵਾ ਕੇ ਮੱਥੇ ਟਿਕਾ ਰਿਹਾ ਪੁੱਛਾਂ ਦੇ ਰਿਹਾ ਅਤੇ ਗੁਰੂ ਸਾਹਿਬ ਕਿਰਪਾ ਕਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਆ ਕਿ ਉਹ ਸੇਵਾ ਸਾਨੂੰ ਸਤਿਗੁਰੂ ਬਖਸ਼ ਦੇਣ ਸੋ ਸਾਡੇ ਨਾਲ ਭਾਈ ਬਲਜਿੰਦਰ ਸਿੰਘ ਜੀ ਫਿਰੋਜ਼ਪੁਰ ਤੋਂ ਭਾਈ ਹਰਜਿੰਦਰ ਸਿੰਘ ਜੀ ਭਾਈ ਜੀ ਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸ ਦਿੱਤਾ ਭਾਈ ਦਵਿੰਦਰ ਸਿੰਘ ਜੀ ਨੇ ਬਾਕੀ ਗੁਰੂ ਪਾਤਸ਼ਾਹ ਕਿਰਪਾ ਕਰਨ ਆਪਣੀਆਂ ਸੇਵਾਵਾਂ ਆਪ ਲੈਣ ਉਹਨਾਂ ਨੇ ਆਪ ਹੀ ਕਿਰਪਾ ਕਰਨੀ ਗੁਰੂ ਪਾਤਸ਼ਾਹ ਨੇ ਅਸੀਂ ਗੁਰੂ ਦੀ ਸ਼ਰਨ ਚੱਲੇ ਇੱਥੋਂ ਲੈ ਕੇ ਥਾਪੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇੰਨੀਆਂ ਕੁ ਬੇਨਤੀਆਂ ਪ੍ਰਮਾਤਮਾ ਬਾਕੀ ਜਿਹੜੀ ਹਿੰਦੌਰ ਦੀ ਸੰਗਤ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਸਾਥ ਦਿਓ ਵੱਧ ਤੋਂ ਵੱਧ ਉੱਥੇ ਸੰਗਤ ਇਕੱਠੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਈ ਸਾਧ ਸੰਗਤ ਜੀ ਅੱਜ ਅਸੀਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਥਾਨ ਕਮੇਟੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦਾ ਤਾਲ ਆਗਰਾ ਵਿਖੇ ਰਾਤੀ 2 ਵਜੇ ਸਫ਼ਰ ਕਰਦੇ ਹੋਏ ਪਹੁੰਚੇ ਹਾਂ ਜੋ ਕਿ ਸਾਡਾ ਸਫ਼ਰ ਇੰਦੌਰ ਇੱਕ ਬਾਬਾ ਜੋ ਪਖੰਡੀ ਉਸਨੂੰ ਉਸਦੇ ਕਰਮਾਂ ਦੀ ਸਜ਼ਾ ਦੇਣ ਦਾ ਹੈ ਅਸੀਂ ਉੱਥੇ ਪਹੁੰਚ ਰਹੇ ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈੱਡ ਲਗਾ ਕੇ ਔਰ ਉੱਚੀ ਗੱਦੀ ਕਰਕੇ ਨਾਲ ਬੈਠਦਾ ਹੈ ਔਰ ਜੋ ਕਿ ਪਹਿਲਾਂ ਕਾਫੀ ਤੁਸੀਂ ਵੀਡੀਓ ਦੇਖ ਵੀ ਚੁੱਕੇ ਹੋ ਜਿਸ ਵਿੱਚ ਬੀਬੀ ਵੀਡੀਓ ਬਣਾਉਣ ਲਈ ਜੋ ਸਿੰਘ ਬਣਾ ਰਹੇ ਹਨ ਉਹਨਾਂ ਨੂੰ ਮਨਾ ਕਰ ਰਹੀ ਹੈ ਉਸ ਬੀਬੀ ਨੂੰ ਵੀ ਮਿਲ ਕੇ ਆਵਾਂਗੇ ਇਹ ਵੀਡੀਓ ਵਿੱਚ ਕੀ ਉਹ ਘੱਟ ਕਰ ਰਿਹਾ ਹੈ ਕੀ ਬਾਹਰ ਕਰ ਰਿਹਾ ਹੈ ਕਿ ਅਸੀਂ ਜਿੱਥੇ ਸਾਡੇ ਗੁਰੂ ਸਾਹਿਬ ਦੀ ਜਨਤੀ ਹੋ ਰਹੀ ਹੈ ਅਸੀਂ ਉਸ ਜਗ੍ਹਾ 'ਤੇ ਵੀਡੀਓ ਨਹੀਂ ਬਣਾ ਸਕਦੇ ਵੀਡੀਓ ਬਣਾਉਣੀ ਮਨਾ ਹੈ ਅਤੇ ਅਸੀਂ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਦੀ ਹੋਵੇਗੀ ਉੱਥੇ ਸਿੰਘ ਜ਼ਰੂਰ ਪਹੁੰਚਣਗੇ ਇਹ ਸਾਡੀ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਾਰ ਕਮੇਟੀ ਨੂੰ ਸਾਨੂੰ ਸੇਵਾ ਸਤਿਗੁਰਾਂ ਨੇ ਬਖਸ਼ੀ ਹੋਈ ਹੈ ਅਤੇ ਅਸੀਂ ਉਸ ਸੇਵਾ ਨੂੰ ਸਿਰੇ ਲੇਫਲੇ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਲੈ ਕੇ ਉਹਨਾਂ ਦੇ ਆਸ਼ੀਰਵਾਦ ਲੈ ਕੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਅਸੀਂ ਇਸ ਸੇਵਾ ਨੂੰ ਠਾਏ ਸੱਚੇ ਪਾਤਸ਼ਾਹ ਜੀ ਪਾਉਣਗੇ ਉਹਨਾਂ ਮੁਹਰੇ ਅਰਦਾਸ ਹੈ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸਾਡੀ ਸੇਵਾ ਥਾਏ ਪਾਇਓ ਜੀ।